ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਖਾਰਾ, ਖਾਰਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ, ਕੋਟਕਪੂਰਾ ਇਹਨੂੰ ਤਹਿਸੀਲ ਪੈਂਦੀ ਹੈ। ਕੋਟਕਪੂਰੇ ਤੋਂ ਮੁਕਤਸਰ ਨੂੰ ਜਦੋਂ ਜਾਂਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ। ਫਰੀਦਕੋਟ ਜ਼ਿਲ੍ਹੇ ਦਾ ਇਹ ਅਖੀਰਲਾ ਪਿੰਡ ਹੈ, ਇਦੂ ਬਾਅਦ 'ਚ ਸਰਾਏ ਨਾਗਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਪੈਂਦਾ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਬਾਈ ਵਪਾਰ ਦਾ ਕੰਮ ਕਰਦਾ ਅਤੇ ਇਹਦੇ ਕੋਲ ਰੂਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਆ। ਅੱਜ ਦੀ ਵੀਡੀਓ ਦੇ 3 ਨਾਗ ਹੈ, ਜਿਹਦੇ 'ਚ 2 ਕ੍ਰੋਸ ਬਰੀਡ ਗਾਵਾਂ ਪਰ ਸੀਲ ਸ਼ਰੀਫ ਇੰਨੀਆਂ ਵੀ ਖੱਬਿਓਂ ਬਹਿ ਜਾਓ ਸੱਜਿਓਂ ਬਹਿ ਜਾਓ, ਇਹ ਪੈਰ ਵੀ ਨਹੀਂ ਗਾਸਦੀਆਂ, ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਵੀ। ਇੱਕ ਵੱਡੇ ਕੱਦ ਕਾਠ ਦੀ ਚੰਗੀ ਲੰਬਾਈ ਵਾਲੀ ਸੋਹਣੀ ਵੈੜ ਐਚ ਐਫ ਬਰੀਡ 'ਚ ਪੈਂਦੀ ਹੈ, ਇਹ ਵੀ ਫੋਰ ਸੇਲ ਹੈ। ਸੋ ਆਪਾਂ ਸ਼ੁਰੂਆਤ ਇਸੇ ਤੋਂ ਕਰਾਂਗੇ, ਉਦੋਂ ਬਾਅਦ 'ਚ ਕ੍ਰੋਸ ਬਰੀਡ ਗਾਵਾਂ 2 ਦਿਖਾਊਂਗਾ। ਤੁਸੀਂ ਜਿਹੜਾ ਵੀ ਨਗ ਖਰੀਦਣਾ ਚਾਹੋ ਉਹਦੀ ਤਸੱਲੀ ਕਰੋਗੇ, ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਆਓ ਬਾਈ ਤੋਂ ਜਾਣਕਾਰੀ ਲਈਏ, ਦੱਸੋ ਅਤੇ ਨੰਬਰ ਮੈਂ ਸਕਰੀਨ 'ਤੇ ਚਲਾ ਹੀ ਦੇਣਾ। ਪਹਿਲਾਂ ਆਪਾਂ ਐਚ ਐਫ 'ਤੇ ਹੀ ਸ਼ੁਰੂ ਕਰਦੇ ਹਾਂ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸਦੀ ਬਾਈ? ਕਾਲਾ ਜੀ। ਕਾਲੇ ਬਾਈ ਚਿਰਬਾ ਦੀ ਵੀਡੀਓ ਬਣਾਉਣ ਲੱਗੇ ਹਾਂ, ਪਸ਼ੂ ਆਈ ਜਾਂਦੇ ਰੋਟੀਨ? ਹਾਂਜੀ, ਰੋਟੀਨ ਚੰਦਾ ਮਾਲ। ਠੀਕ ਹੈ। ਅੱਛਾ, ਪਹਿਲੇ ਨੰਬਰ 'ਤੇ ਜਿਹੜੀ ਐਚ ਐਫ ਬਾਈ ਦਿਖਾ ਰਹੇ ਹਾਂ, ਕਿੰਨਵਾਂ ਸੂਆ? ਇਹ ਦੂਜਾ ਸੂਆ, 6 ਦੰਦ ਕਨਫਰਮ ਆ ਇਹਦੇ। ਠੀਕ ਹੈ, 6 ਦੰਦ ਕਨਫਰਮ ਹੈ ਅਤੇ ਦੂਜਾ ਸੂਆ? ਹਾਂਜੀ। ਦਿਨ ਕਿੰਨੇ ਲੈ ਜੂ ਸੂ? ਦਿਨ ਜੀ ਮੰਨ ਲਓ ਮਾਲਕ ਤਾਂ 10 ਆਉਂਦੇ ਆ, ਕੱਲ੍ਹ ਆਈ ਆ, ਮੰਨ ਲਓ ਕੋਈ 5-4 ਦਿਨ ਪਹਿਲਾਂ ਵੀ ਸੂ ਪੈਂਦਾ ਡੰਗਰ ਜੀ। ਠੀਕ ਹੈ, ਜਾਣੀ ਵੈਸੇ ਹਜੇ ਜੇ 5-4 ਦਿਨ ਲੱਗਦਾ ਵੀ 5-7 ਦਿਨ ਲੈ ਜੂਗੇ। ਠੀਕ ਹੈ। ਅੱਛਾ ਬਾਈ, ਕੀ ਰੇਟ ਰਹਿਣਾ ਇਹਦਾ? ਰੇਟ ਇਹਦਾ ਜੀ ਐਵੇਂ 1.5 ਕਰਾਈ ਜਾਓ, ਲੋਕਾਂ 40 ਕਰਾਈ ਜਾਓ, ਬਸ 1-20 ਦੀ ਜਸਨ ਹੋਈ ਆ ਜੀ। 1-20 ਦੀ ਦੇ ਦੇ? ਹਾਂ। ਠੀਕ ਹੈ, ਖੋਲਿਓ ਬਾਈ ਨੂੰ। ਸੋ ਦੱਸੋ, ਚੰਗੇ ਕੱਦ ਕਾਠ ਦੀ ਸੋਹਣੀ ਐਚ ਐਫ ਹੈ, 1,20,000 ਡਿਮਾਂਡ ਹੈ, ਹਜੇ 5-4 ਦਿਨ ਲਊਗੀ, ਹੋ ਸਕਦਾ 10 ਵੀ ਲੈ ਜੇ, ਬਾਕੀ ਰੁੱਤ ਗਰਮੀ ਦੀ ਹੈ, ਦਿਨਾਂ ਦਾ ਬਾਹਲਾ ਆਪਾਂ ਸ਼ੋਰ ਨਹੀਂ ਹੋ ਸਕਦੇ ਹੁੰਦੇ। ਪਸ਼ੂ ਕਈ ਵਾਰ ਮੌਕੇ ਜੇ ਤੇ ਤਿਆਰੀ ਫੜਦਾ ਅਤੇ ਛੇਤੀ ਜਿਹੜਾ ਉਹ ਬੱਚੇ ਨੂੰ ਜਨਮ ਦੇ ਦਿੰਦਾ। ਹਵਾਨੇ ਦਾ ਰੁੱਖ ਸੋਹਣਾ, ਥਣ ਹੱਥੀਂ ਚਵਾਈ ਵਾਲਾ, ਇੱਥੇ ਹੀ ਘੁਮਾਲਾ ਬਾਈ। ਰੰਗ ਰੂਪ ਬੜਾ ਸੋਹਣਾ ਦੱਸੋ, ਅਤੇ ਚੰਗੇ ਕੱਦ ਕਾਠ ਦੀ ਵੈੜ ਹੈ, ਪੂਰੀ ਉੱਚੀ ਲੰਬੀ ਹੈ, ਜਿਹਨੂੰ ਪਸੰਦ ਆਵੇ ਕਾਲ ਉਹਨੇ ਕਰਨੀ ਹੈ। ਥਣ ਇਹਦਾ ਹੱਥੀਂ ਚਵਾਈ ਵਾਲਾ, ਥਣ ਦਾ ਸਾਈਜ਼ ਤੁਸੀਂ ਦੇਖੋਗੇ, ਪਿਛਲੇ ਥਣ ਵੀ ਹੱਥੀਂ ਚਵਾਈ ਵਾਲੇ ਦਿਸਦੇ ਆ ਅਤੇ ਅਗਲੇ ਥਣ ਤਾਂ ਗਾਂ ਦਾ ਖੈਰ ਚੰਗਾ ਹੀ ਹੁੰਦਾ ਥਣ ਬਾਈ। ਇੱਕ ਕਿਹੜਾ ਹੋਰ ਕਾਲੇ ਤਾਂ ਇੱਧਰ ਨੂੰ ਹੀ ਘੁਮਾਲਾ ਬਾਈ। ਸੋ ਦੱਸੋ, ਥੋੜ੍ਹੀ ਜਿਹੀ ਘੱਟ ਜਗ੍ਹਾ 'ਚ ਤੋਰ ਰਹੇ ਹਾਂ, ਵੈਸੇ ਵੈੜ ਚੰਗੀ ਸੋਹਣੀ ਹੈ, ਲੰਬੀ ਤੋਰਦੇ ਅਤੇ ਤੁਹਾਨੂੰ ਹੋਰ ਵਧੀਆ ਲੱਗਣਾ ਸੀ। ਸੋ ਇਹ ਪਹਿਲੇ ਨੰਬਰ 'ਤੇ 1,20,000 ਰੇਟ ਹੈ, ਨੇੜ-ਤੇੜ ਜੇ ਵਾਲਾ ਹੀ ਰੇਟ ਕੀਤਾ, ਥੋੜ੍ਹਾ ਬਹੁਤਾ ਮਾਨ ਤਨ ਹਜੇ ਵੀ ਬਾਈ ਕਰੂਗਾ ਜ਼ਰੂਰ ਇਹਦੇ 'ਚੋਂ, ਪਰ ਜਿਹਨੂੰ ਜਚਿਓ ਵੀਰ ਕਾਲ ਕਰ ਸਕਦਾ। ਪਹਿਲੇ ਨੰਬਰ 'ਤੇ ਇਹ ਐਚ ਐਫ ਨਸਲ ਦੀ ਵੈੜ ਫੋਰ ਸੇਲ, ਚੰਗੇ ਕੱਦ ਕਾਠ ਦੀ ਹੈ, ਆਸ ਹੈ ਵੀ ਸੋਹਣਾ ਦੁੱਧ ਦੇਊਗੀ, ਹਾਲਾਂਕਿ ਰੁੱਤ ਗਰਮੀ ਦੀ ਹੈ ਪਰ ਦੁੱਧ ਏਡੀਆਂ ਗਾਵਾਂ ਏਡੇ ਸੋਹਣੇ ਢਾਂਚੇ ਜਿਹੜੇ ਉਹ ਚੰਗਾ ਹੀ ਦਿੰਦੇ, ਬਾਕੀ ਉਹ ਤੁਹਾਡੀ ਸਮਝ ਹੈ ਅਤੇ ਸੇਵਾ। ਸੋ ਇਹ ਪਹਿਲੇ ਨੰਬਰ 'ਤੇ ਦੱਸੋ, ਇਹ ਤੋਂ ਬਿਨਾਂ ਇੱਕ ਕ੍ਰੋਸ ਬਰੀਡ ਵੈੜ 2 ਨੰਬਰ 'ਤੇ ਖੜ੍ਹੀ ਹੈ, ਇਹਦੇ ਬਾਰੇ ਜਾਣਕਾਰੀ ਲਵਾਂਗੇ ਬਾਈ ਤੋਂ ਆਪਾਂ। ਬਾਕੀ ਜੇ ਕ੍ਰੋਸ ਬਰੀਡ ਆ, ਲਓ ਜੀ, ਪਹਿਲਾਂ ਤੁਹਾਨੂੰ ਦੱਸਿਆ ਜਿੱਧਰੋਂ ਮਰਜ਼ੀ ਬਹਿ ਜਾਓ, ਇਹ ਤਾਂ ਕਰਮ ਵਾਲੀਆਂ। ਠੀਕ ਹੈ, ਜਿੱਥੇ ਲੱਤ ਰਹੇਗੀ ਉੱਥੇ ਰਹਿਣੀ ਹੈ। ਠੀਕ ਹੈ। ਅੱਛਾ, ਇਹ ਕਿੰਨਵਾਂ ਸੂਆ ਸੁਣਦੀ? ਇਹ ਪਲੂਣੀ ਹੈ ਜੀ, ਪਹਿਲਾ ਸੂਆ। ਹਾਂਜੀ ਹਾਂਜੀ। ਦਿਨ ਕਿੰਨੇ ਕਿਲੇ ਜੀ? ਦਿਨੇ ਬਾਅਦ 2-4 ਦਿਨ ਲਓਗੇ। ਇਹਦਾ ਰੇਟ ਕੀ ਰਹਿਣਾ? ਇਹ 52,000 ਦੀ ਵੱਛੀ ਜਸਨ ਹੋਆ ਜੀ। ਖੋਲ ਦੇ। ਸੋ 52,000 'ਚ ਦੱਸੋ ਇਹ ਵੱਛੀ ਮਿਲੂਗੀ। ਦੁੱਧ ਵਾਲੇ 4 ਥਣ ਅਲੱਗ ਹੈ ਪਰ ਇੱਕ ਵੱਖਰੀ ਸ਼ਾਖ ਛੋਟੀ ਜਿਹੀ ਦਿਸਦੀ ਹੈ। ਕ੍ਰੋਸ ਬਰੀਡ ਪਹਿਲਾ ਸੂਆ, ਗਰਮੀ ਦੀ ਰੁੱਤ 'ਚ ਚੰਗੀਆਂ ਰਹਿੰਦੀਆਂ ਕਰਮ ਵਾਲੀਆਂ ਇਹ ਗਾਵਾਂ, ਕਿਉਂਕਿ ਗਰਮੀ ਘੱਟ ਮਨਾਉਂਦੀਆਂ। ਮੈਂ ਸ਼ਾਖ ਦੀ ਗੱਲ ਕੀਤੀ, ਸੋ ਬੈਕ ਸਾਈਡ 'ਤੇ ਤੁਸੀਂ ਦੇਖ ਲਓ, ਦੁੱਧ ਵਾਲੇ ਥਣ ਤੁਹਾਨੂੰ ਅੱਗੇ ਦਿਸਦੇ ਹੋਣਗੇ, ਸੋ ਉਹ ਵੱਖਰੇ ਥਣ ਹੈ, ਇਸ ਥਣ ਨੂੰ ਤੁਸੀਂ ਨਹੀਂ ਛੇੜੋਗੇ ਤਾਂ ਇਹਦੇ 'ਚੋਂ ਦੁੱਧ ਨਹੀਂ ਆਊਗਾ, ਸੋ ਬਾਕੀ ਪਾਸ ਤੁਸੀਂ ਕਰ ਲੈਣੀ ਹੈ। ਹੁਣ ਤੁਸੀਂ ਇਹ ਜਾਂਦੀ ਗਾਂ ਦੇਖ ਲਓ,
ਸੋਹਣਾ ਢਾਂਚਾ ਦੱਸੋ। ਕ੍ਰੋਸ ਬਰੀਡ ਗਾਵਾਂ ਗਰਮੀ ਦੀ ਰੁੱਤ 'ਚ ਘੱਟ ਸੰਭਾਲ ਵਾਲੇ ਵੀਰ ਕੋਲ ਵੀ ਚੰਗੀਆਂ ਰਹਿ ਜਾਂਦੀਆਂ, ਚੰਗੀ ਸੰਭਾਲ ਕਰ ਲਓਗੇ ਤਾਂ ਦੁੱਧ ਵੀ ਸੋਹਣਾ ਦਿੰਦੀਆਂ, ਇਹਨਾਂ ਦਾ ਦੁੱਧ ਸੰਘਣਾ ਵੀ ਹੁੰਦਾ। ਸੋ ਇਹ ਦੂਜੇ ਨੰਬਰ 'ਤੇ ਤੁਹਾਨੂੰ ਗਾਂ ਦਿਖਾ ਰਹੇ ਹਾਂ। ਅਗਾੜੀ ਚੰਗੀ ਹੈ, ਮੈਂ ਪਹਿਲਾਂ ਦੱਸਿਆ ਸੀ ਵੀ ਖੱਬੇ ਬਹਿ ਜਾਓ ਸੱਜੇ ਬਹਿ ਜਾਓ, ਇਵੇਂ ਇਹਨਾਂ ਨੂੰ ਕੋਈ ਵਾਸਤਾ ਨਹੀਂ ਹੈ ਕਰਮ ਵਾਲੀਆਂ ਨੂੰ, ਬਾਕੀ ਤੁਸੀਂ ਆ ਕੇ ਪਾਸ ਕਰ ਲਿਓ। ਇਹ ਗਾਂ ਫੋਰ ਸੇਲ 52,000 ਦਾ ਰੇਟ, ਇੱਕ ਹੋਰ ਕ੍ਰੋਸ ਬਰੀਡ ਹੈ, ਇਹ ਵੀ ਪਹਿਲੇ ਨਾਲ ਇਹ ਮੂੰਹ 4 ਦਿਨ ਦਾ ਹੈ। ਠੀਕ ਹੈ, ਇਹ ਕਿੰਨੇ ਕੁ ਦਿਨ ਲਊਗੀ? ਇਹ ਵੀ 5-4 ਦਿਨ ਲੱਜੂਗੇ। ਠੀਕ ਹੈ, ਹਾਲ ਇਹਦਾ ਵੀ ਉਹ ਕੋਈ ਚੱਕਰ। ਠੀਕ ਹੈ, ਇਹ ਵੀ ਦੱਸੋ ਉਸੇ ਹਿਸਾਬ 'ਤੇ, ਤੁਹਾਨੂੰ ਤਾਂ ਬਹੁਤ ਸੋਹਣਾ ਦੱਸੋ ਕਿਉਂਕਿ ਕ੍ਰੋਸ ਬਰੀਡ ਹੈ ਤਾਂ। ਖੱਬੇ ਪੈ ਜਾਓ। ਠੀਕ ਹੈ, ਪੂਛ ਹੀ ਚੱਕੂਗੀ ਜਿਹੜੀ ਵੀ ਚੱਕੂਗੀ। ਠੀਕ ਹੈ, ਅੱਛਾ ਇਹਦਾ ਰੇਟ ਕੀ ਰਹਿਣਾ? ਇਹਦਾ ਰੇਟ ਬਸ ਹਾਂ ਨਾ 48,000 ਰੁਪਏ ਲਵਾਂਗੇ ਤੋਰ ਦੇ। ਸੋ ਇਹਦੇ ਛੋਟੇ ਛੋਟੇ ਸਿੰਗ ਜੇ ਦੱਸੋ ਹੈਗੇ ਆ, ਫੋਟਾਂ ਬਾਈ ਕਹਿੰਦਾ ਹੈਗੀਆਂ, ਬਾਕੀ ਉਹ ਤੁਹਾਡੇ ਸਾਹਮਣੇ ਆ। 48,000 ਰੇਟ ਹੈ, ਚੰਗਾ ਥਾਨ ਹਵਾਨਾ ਹੈ ਇਸ ਦਾ ਵੀ। ਇਹ ਜੋੜੇ ਦੀ ਡਿਮਾਂਡ 1,00,000 ਰੁਪਇਆ ਬਣਦੀ ਹੈ 48 ਅਤੇ 52। ਇਹ 4 ਦੰਦ ਵੈਡ ਆ, ਬਾਕੀ ਤੁਸੀਂ ਗੱਲਬਾਤ ਕਰ ਲਿਓ ਕਿੰਨਾ ਕੁ ਰੇਟ ਬਾਈ ਘੱਟਦਾ ਇਹਨਾਂ ਦੇ ਵਿੱਚੋਂ, ਜਾਂ ਮਾਨਤਾਨ ਤੁਹਾਡਾ ਕਿੰਨਾ ਕਰਦਾ, ਉਹ ਤੁਸੀਂ ਜਾਣਕਾਰੀ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ। ਅੱਜ ਦੀ ਵੀਡੀਓ ਦੇ ਫਿਲਹਾਲ ਇਹ 3 ਪਸ਼ੂ ਬਾਈ ਨੇ ਵਿਕਾਊ ਕੀਤੇ ਆ, 3 ਤੁਹਾਨੂੰ ਦਿਖਾਤੇ ਆ, ਜਿਹੜੀਆਂ ਕ੍ਰੋਸ ਬਰੀਡ ਹੈ ਇਹਨਾਂ ਦੇ ਤੁਹਾਨੂੰ ਥਣ ਵੀ ਦਿਖਾਤੇ ਆ। ਇਹ ਸੀਲ ਸ਼ਰੀਫਾ ਹਾਲ ਦੀ ਘੜੀ ਬਹੁਤ ਸੋਹਣੀਆਂ ਲੱਗਦੀਆਂ, ਬਾਕੀ ਤੁਸੀਂ ਪਾਸ ਕਰ ਲਉਂਗੇ ਆ ਕੇ। ਠੀਕ ਹੈ ਬਾਈ, ਚੌਰਸ ਹਵਾਨਾ ਕੱਢੂਗੀ ਵੈਡ, ਦਿਨ ਹਜੇ ਲੈਂਦੀ ਹੈ, ਅਤੇ ਤੋਂ ਬਿਨਾਂ 1AHF ਫੋਰ ਸੇਲ ਹੈ, ਇਹਦੇ ਵੀ ਥਣ ਸੋਹਣੇ ਆ ਦੱਸੋ, ਇਹ ਵੀ ਸ਼ਰੀਫ ਹੈ ਵੈਡ। ਸੋ ਅੱਜ ਦੀ ਵੀਡੀਓ ਦੇ 3 ਨਾਗ ਵਿਕਾਊ ਸੀ। ਧੰਨਵਾਦ ਵੀਡੀਓ ਦੇਖਣ ਵਾਸਤੇ।